ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਤਿਆਰ ਕਰਨ ਲਈ ਪੰਜਾਬ ਸਰਕਾਰ ਨੂੰ ਫੰਡਾਂ ਦੀ ਘਾਟ ਰੜਕ ਰਹੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਸ਼ਰਧਾਲੂਆਂ ਨੂੰ ਖੁਸ਼ ਕਰਨ ਲਈ ਵੱਡੇ ਵੱਡੇ ਐਲਾਨ ਕੀਤੇ, ਪਰ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਕੇਂਦਰ ਸਰਕਾਰ ਨੇ ਹੁਣ ਤੱਕ ਇੱਕ ਵੀ ਪੈਸਾ ਨਹੀਂ ਦਿੱਤਾ। ਇਹ ਕਹਿਣਾ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ, ਜਿਹੜੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਨੇ। ਰੰਧਾਵਾ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਰੰਧਾਵਾ ਨੇ ਵਿਦੇਸ਼ਾਂ 'ਚ ਬੈਠੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਿਲ ਖੋਲ੍ਹ ਕੇ ਵਿਕਾਸ ਕਾਰਜਾਂ 'ਚ ਹਿੱਸਾ ਪਾਉਣ। ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਕੋਈ 159 ਕਰੋੜ ਦਾ ਜਿਹੜਾ ਬਜਟ ਬਣਾ ਕੇ ਭੇਜਿਆ ਸੀ, ਉਹਨਾਂ ਵੱਲੋਂ ਤਾਂ ਮੇਰੇ ਖਿਆਲ ਸਾਡਾ ਡੇਰਾ ਬਾਬਾ ਨਾਨਕ ਦਾ ਉਹਨਾਂ ਨੇ ਕੋਈ ਐਕਸੈਪਟ ਨਹੀਂ ਕੀਤਾ, ਸਿਰਫ ਇੱਕ ਨੈਸ਼ਨਲ ਹਾਈਵੇ ਨੂੰ ਕੀਤਾ ਪਹਿਲਾਂ। ਅਤੇ ਜਿਹੜਾ ਪਿਛਲੀ ਵਾਰਾਂ ਦਾ ਜੋ ਅਸੀਂ ਬਣਾ ਕੇ ਭੇਜਿਆ ਸੀ, ਉਸ ਟਾਈਮ ਵੇਲੇ ਕੋਰੀਡੋਰ ਦਾ ਉਹਦੇ 'ਚ ਕੁਛ ਨਹੀਂ ਸੀ, ਔਰ ਉਹਦੇ ਬਾਅਦ 'ਚ ਪਾਕਿਸਤਾਨ ਦੀ ਗਵਰਨਮੈਂਟ ਨੇ ਜਿਹੜਾ ਕੋਰੀਡੋਰ ਸਾਨੂੰ ਮਨਜ਼ੂਰੀ ਦੇ ਦਿੱਤੀ, ਅਤੇ ਉਸ ਦੇ ਵਿੱਚ ਉਸ ਟਾਈਮ ਜਦੋਂ ਅਸੀਂ ਭੇਜਿਆ ਲਿਖ ਕੇ, ਉਸ ਵੇਲੇ 159 ਕਰੋੜ ਦਾ ਭੇਜਿਆ ਸੀ। ਅਤੇ ਉਹ ਗਵਰਨਮੈਂਟ ਆਫ ਇੰਡੀਆ ਨੇ ਸਿਰਫ ਕਰਤਾਰਪੁਰ ਅਤੇ ਸੁਲਤਾਨਪੁਰ ਲੋਧੀ ਲਈ ਜਿਹੜਾ ਉਹਨਾਂ ਨੇ ਕਿਹਾ ਕਿ ਬਾਬੇ ਦਾ ਸ਼ਹਿਰ ਜਿਹੜਾ ਵਸਾਉਣਾ ਨਵਾਂ ਬਾਬੇ ਦੇ ਨਾਂ 'ਤੇ, ਅਤੇ ਉਹਦੇ ਪੈਸੇ ਉਹਨਾਂ ਦਿੱਤੇ ਬਾਕੀ ਉਹਨੇ। ਪਰ ਹੁਣ ਜਿਹੜੀ ਡੇਰਾ ਬਾਬਾ ਨਾਨਕ ਦੀ ਇਹ ਆ ਕਿ ਇਹ ਬੜੀ ਇੰਪੋਰਟੈਂਸ ਇਹਨੂੰ ਮਿਲੀ ਹੈ ਇਸ ਜਗ੍ਹਾ ਨੂੰ। ਕੈਪਟਨ ਸਾਹਿਬ ਨੇ ਕਿਹਾ ਕਿ ਤੁਸੀਂ ਪੰਜਾਬ ਇੰਡੀਅਨ ਗੌਰਮੈਂਟ ਸਾਡੇ ਭਾਰਤ ਸਰਕਾਰ 'ਤੇ ਅਜੇ ਕੋਈ ਪੈਸਾ ਦਿੰਦੀ ਕਿ ਨਹੀਂ ਦਿੰਦੀ। ਉਹਨਾਂ ਨੇ ਕਿਹਾ ਕਿ ਜਿੰਨੇ ਪਿੰਡ ਨੇ ਉਹਨਾਂ ਦੇ ਐਸਟੀਮੇਟ, ਅਜੇ ਤੁਸੀਂ ਨਾਲ ਹੀ ਸੀ ਤੁਸੀਂ ਦੇਖਿਆ ਕਿ 5 ਕਰੋੜ ਉਹਨਾਂ ਨੇ ਲਿੰਕ ਰੋਡ ਜਿਹੜੀਆਂ ਡੇਰਾ ਬਾਬਾ ਨਾਨਕ ਨੂੰ ਲਿੰਕ ਕਰਦੀਆਂ ਨੇ ਉਹਨਾਂ ਲਈ ਸਾਨੂੰ ਭੇਜ ਦਿੱਤਾ, ਜਿਹੜੇ ਸ਼ਹਿਰ ਲਈ ਭੇਜੇ ਨੇ ਪੈਸੇ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿੰਨੇ ਪੈਸੇ ਖਰਚ ਹੋਣਗੇ ਸਾਨੂੰ ਆਪਣੇ ਐਸਟੀਮੇਟ ਬਣਾ ਕੇ ਭੇਜੀ ਜਾਓ, ਅਤੇ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਵੰਬਰ ਤੋਂ ਪਹਿਲਾਂ ਤਿਆਰ ਕਰ ਦੇਣੀਆਂ, ਜਦੋਂ ਸ਼ਤਾਬਦੀਆਂ ਤੋਂ ਪਹਿਲਾਂ। ਜਿਹੜੇ ਸਟੇਟ ਗਵਰਨਮੈਂਟ ਵੱਲੋਂ, ਜਿਵੇਂ ਮੇਰੇ ਕੋਲ ਇੱਥੇ ਕੋਆਪਰੇਟਿਵ ਬੈਂਕ ਹੀ ਆ, ਅਤੇ ਆਹ ਸਾਡੀ ਮਿਊਂਸਪੈਲਿਟੀ ਦੀ ਇੱਕ ਜਗ੍ਹਾ ਖਾਲੀ ਪਈ ਆ, ਬੜੀ ਲੋਕੇਸ਼ਨ ਬੈਸਟ ਲੋਕੇਸ਼ਨ ਹੈ, ਅਤੇ ਔਰ ਮੈਂ ਚਾਹੁੰਦਾ ਕਿ ਉੱਥੇ ਕੋਆਪਰੇਟਿਵ ਬੈਂਕ ਬਣਾ ਕੇ, ਜਿਹਨੂੰ ਅਲਟਰਾ ਮਾਡਰਨ ਜਿਹਨੂੰ ਕਹਿ ਦਈਏ, ਕਿ ਬਹੁਤ ਸੋਹਣਾ ਜਿਹੜਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਐਕਚੁਲੀ ਪੰਜਾਬ ਗਵਰਨਮੈਂਟ ਦੇ ਬੈਂਕ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਉੱਥੇ ਬੈਂਕ ਵੀ ਬਣਾ ਰਹੇ ਹਾਂ, ਇਹ ਐਸਡੀਐਮ ਆਫਿਸ, ਰੈਜੀਡੈਂਸ, ਸਾਰੇ ਆਫਿਸ ਜਿੰਨੇ ਨੇ ਇਕੱਠੇ ਕਰਕੇ ਇੱਕ ਥਾਂ, ਮਾਰਕੀਟ ਕਮੇਟੀ ਦੇ ਜਿਹੜੀ ਵਾਲ ਹੈ ਉਹਨੂੰ ਠੀਕ ਕਰਨਾ, ਬਿਜਲੀ ਬੋਰਡ ਦਾ ਇੱਥੇ ਆਫਿਸ ਹੈ ਉਹਨੂੰ ਠੀਕ ਕਰਨਾ, ਪ੍ਰਾਈਮਰੀ ਇਹ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਆ, ਆਹ ਤੁਹਾਡੇ ਨਾਲ ਹੀ ਸਭ ਤੋਂ ਪੁਰਾਣਾ 1890 ਦਾ ਮੇਰੇ ਖਿਆਲ ਸਕੂਲ ਆ, ਹਾਈ ਸਕੂਲ ਡੇਰ ਬਾਬਾ ਨਾਨਕ ਦਾ, ਇਹਦੀ ਹੈਰੀਟੇਜ ਬਿਲਡਿੰਗ ਆ, ਉਹ ਵਾਕਿਆ ਵੇਖਣ ਯੋਗ ਆ ਉਹ ਬਿਲਡਿੰਗ ਵੀ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਵਰ ਕਰ ਰਹੇ ਹਾਂ, ਔਰ ਬਹੁਤ ਜਲਦੀ ਜਿਹੜੀ ਪੈਸੇ ਦੀ ਕਮੀ, ਕੈਪਟਨ ਸਾਹਿਬ ਨੇ ਕਹਿਤਾ ਕਿ ਇਸ ਡੇਰਾ ਬਾਬਾ ਨਾਨਕ ਲਈ, ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਲਈ ਪੈਸੇ ਦੀ ਕਮੀ ਕੋਈ ਨਹੀਂ ਰਹਿਣ ਦਿੱਤੀ ਜਾਏਗੀ, ਔਰ ਪ੍ਰਾਇਓਰਿਟੀ 'ਤੇ ਇਹ ਸਾਰੇ ਕੰਮ ਜਿਹੜੇ ਕੰਪਲੀਟ ਕੀਤੇ ਜਾਣਗੇ। ਕਿ ਜਿੱਥੇ ਗੌਰਮੈਂਟ ਕਰ ਰਹੀ ਆ, ਉੱਥੇ ਜਿਹੜੇ ਮੇਰੇ NRI ਭਰਾ ਨੇ, ਉਹਨਾਂ ਨੂੰ ਵੀ ਖੁੱਲ੍ਹ ਕੇ ਅਤੇ ਬੜੇ ਵਧੀਆ ਤਰੀਕੇ ਨਾਲ ਇਹਦੇ 'ਚ ਆਉਣਾ ਚਾਹੀਦਾ, ਔਰ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ। ਕਿ ਜਿੱਥੇ ਉਹਨਾਂ ਨੇ, ਉਹਨਾਂ ਨੂੰ ਵੀ ਇਹ ਥਾਵਾਂ ਆਪ ਅਡੋਪਟ ਕਰਨੀਆਂ ਚਾਹੀਦੀਆਂ ਨੇ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ, ਉਹ ਅਸੀਂ ਇੱਕ ਵੈਬਸਾਈਟ ਆਪਣੀ ਤਿਆਰ ਕਰਨ ਲੱਗੇ, ਉਹਦੇ 'ਤੇ ਅਸੀਂ ਸਾਰਾ ਕੁਝ ਪਾਵਾਂਗੇ, ਇਹਦਾ ਪੂਰੇ ਇਹਦੇ ਸ਼ਹਿਰ ਦਾ ਸਾਰਾ ਕੁਝ ਪਾ ਕੇ, ਪਿੰਡਾਂ ਦੀ ਮਿਊਂਸਪੈਲਿਟੀ ਦਾ ਏਰੀਆ ਪਾ ਕੇ,
ਅਤੇ ਮੈਂ NRI ਭਰਾਵਾਂ ਨੂੰ ਕਹਾਂਗੇ ਕਿ ਉਹਨਾਂ ਦੀ ਜਿੰਨੀ ਹੈਗੀ ਆ ਉਹ ਵੀ ਗਵਰਨਮੈਂਟ ਦਾ ਜਿਹੜਾ ਸਾਥ ਦੇਣ ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਇਹਦੀ ਡੇਰਾ ਬਾਬਾ ਨਾਨਕ ਦੀ ਡਿਵੈਲਪਮੈਂਟ ਕਰ ਸਕੀਏ। ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਨੇ ਸਿਰਫ ਸੁਲਤਾਨਪੁਰ ਲੋਧੀ ਪ੍ਰੋਜੈਕਟ ਨੂੰ ਹੀ ਪਾਸ ਕੀਤਾ, ਜਦਕਿ ਡੇਰਾ ਬਾਬਾ ਨਾਨਕ ਵੀ ਇਤਿਹਾਸਕ ਪੱਖੋਂ ਮਹੱਤਤਾ ਰੱਖਦਾ। ਇਸ ਲਈ ਪੰਜਾਬ ਸਰਕਾਰ ਨੇ ਆਪਣੇ ਤੌਰ 'ਤੇ ਹੰਭਲਾ ਮਾਰਿਆ ਅਤੇ NRI ਸ਼ਰਧਾਲੂਆਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।